ਹਰਨਾਮ ਸਿੰਘ ਜੀ ਮਰਬਿਆਂ ਤੋਂ ਜੋ ਇਸ ਸਥਾਨ ਨਾਲ ਬਹੁਤ ਸਨੇਹ ਰੱਖਦੇ ਨੇ ਉਹ ਵੀ ਇੱਕ ਸ਼ਬਦ ਪੜਨਗੇ। ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ, ਬਾਹਰ ਅੱਖਾਂ ਦਾ ਕੈਂਪ ਲੱਗਿਆ ਹੋਇਆ ਹੈ ਗੁਰੂ ਦੇ ਥੱਲੇ, ਜਿਸ ਵੀਰ ਭਾਈ ਨੇ ਆਪਣੀਆਂ ਅੱਖਾਂ ਦੀ ਚੈੱਕਅਪ ਕਰਵਾਉਣੀ ਹੋਵੇ ਉਹ ਕੈਂਪ ਲੱਗਿਆ ਹੈ ਫ੍ਰੀ, ਜਾ ਕੇ ਆਪੋ ਆਪਣੀਆਂ ਅੱਖਾਂ ਦਿਖਾ ਸਕਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ, ਕਿਣ ਕਹਿ ਜੀਵ ਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ, ਕਾਂਖੀ ਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਧਾਰੋ। ਹਰ ਕਾ ਸੇਵਕ ਜੀ ਹਰ ਹੀ ਦੇਹਾ, ਹਰ ਹੀ ਦੇਹਾ, ਹਰ ਕਾ ਸੇਵਕ ਜੀ ਹਰ ਹੀ ਦੇਹਾ, ਹਰ ਕਾ ਸੇਵਕ ਜੀ ਹਰ ਹੀ ਦੇਹਾ, ਹਰ ਕਾ ਸੇਵਕ ਜੀ ਹਰ ਹੀ ਹਰ ਹੀ ਹਰ ਕਾ ਸੇਵਕ ਜੀ ਹਰਿ ਦੇਹਾ, ਹਰ ਕਾ ਸੇਵਕ ਜੀ ਹਰਿ ਦੇਹਾ, ਹਰ ਕਾ ਸੇਵਕ ਜੀ ਹਰਿ ਜੋ ਕਾਫੀ ਸਮੇਂ ਤੋਂ ਲੈ ਕੇ ਮਹਾਂਪੁਰਸ਼ਾਂ ਦੇ ਸਥਾਨ ਤੇ ਗੁਰ ਨਿਵਾਸੀ ਦੇ ਸੁਭ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਪਹਿਲਾਂ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ, ਉਪਰੰਤ ਫਿਰ ਗੁਰੂ ਘਰ ਵੱਲੋਂ ਕੀਰਤਨ ਦੀ ਪ੍ਰੰਪਤਾ ਹੋਈ, ਬਾਬਾ ਰਾਮ ਸਿੰਘ ਜੀ ਮਹਾਂਪੁਰਸ਼ਾਂ ਦੇ ਸੰਗੀ ਉਹਨਾਂ ਵੱਲੋਂ, ਫਿਰ ਸੰਤ ਬਾਬਾ ਗੁਰਦੀਪ ਸਿੰਘ ਜੀ ਭਾਨੀ ਵਾਲੇ ਮਹਾਂਪੁਰਸ਼ ਉਹਨਾਂ ਦੇ ਸੰਗੀ, ਸੰਤ ਬਾਬਾ ਜੰਗ ਸਿੰਘ ਜੀ, ਸੰਤ ਬਾਬਾ ਲਖੀ ਬਾਬਾ ਹਰੀ ਸਿੰਘ ਜੀ ਉਹਨਾਂ ਮਹਾਂਪੁਰਸ਼ਾਂ ਵੱਲੋਂ, ਫਿਰ ਭਾਈ ਸਾਹਿਬ ਵੱਲੋਂ ਆਪ ਜੀ ਨੇ ਸ਼ਬਦ ਸਰਵਣ ਕੀਤੇ ਨੇ। ਸੋ ਆਓ ਆਪਾਂ ਥੋੜ੍ਹਾ ਸਮਾਂ ਉਸ ਵਾਹਿਗੁਰੂ ਦੀ ਉਸਤਤ ਕਰੀਏ। ਉਪਰੰਤ ਇਸ ਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਿਸ਼ਾਬਰ ਸਿੰਘ ਜੀ, ਜਿਨ੍ਹਾਂ ਨੇ ਉਹ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ, ਜਿਨ੍ਹਾਂ ਦੀ ਬਾਬਤ ਸਤਿਗੁਰ ਸੱਚੇ ਪਾਤਸ਼ਾਹ ਵਚਨ ਕਰਦੇ ਹਨ, ਅੰਮ੍ਰਿਤ ਪ੍ਰੇਖਿਆ ਅੰਮ੍ਰਿਤ ਦ੍ਰਿਸ਼ਟ ਪ੍ਰੇਖਿਆ ਹੋਏ ਸੰਤ, ਉਹਨਾਂ ਮਹਾਂਪੁਰਸ਼ਾਂ ਵਿੱਚ ਨਾਮ ਦੀ ਕਮਾਈ ਸੀ ਸਤਿਗੁਰ ਫੈਸਲਾ ਕਰਦੇ, ਜਿਨ੍ਹਾਂ ਨਾਲ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਹੀਂ ਜਿਹਾ, ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰ ਗਏ ਪਾਵੈ ਥਾਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਮੁੱਖ ਤੋਂ ਵਚਨ ਕਰ ਦੇਣ, ਉਹ ਵਚਨ ਜਿਹਨੇ ਰੱਬ ਨੂੰ ਪ੍ਰਵਾਨ ਕਰਨੇ ਪੈਂਦੇ ਨੇ, ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰ ਗਏ ਪਾਵੈ ਥਾਏ। ਉਹਨਾਂ ਮਹਾਂਪੁਰਸ਼ਾਂ ਦੇ ਆਪਾਂ ਸਥਾਨ ਤੇ ਬੈਠ ਕਰਕੇ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣਦੇ ਹੋ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਤਿਗੁਰਾਂ ਨੂੰ ਸਮਰਪਿਤ ਕੀਤਾ। ਆਓ ਬਾਬਾ ਜੰਗ ਸਿੰਘ ਜੀ ਭਾਨਰੀ ਵਾਲੇ ਉਹਨਾਂ ਮਹਾਂਪੁਰਸ਼ਾਂ ਵੱਲੋਂ ਨਾਮ ਦੀ ਪ੍ਰੇਰਣਾ ਦਿੱਤੀ ਜਾ ਰਹੀ ਸੀ ਕਿ ਭਾਈ ਮਨੁੱਖਾ ਜਨਮ ਪਾ ਕੇ ਪਰਮੇਸ਼ਰ ਦਾ ਨਾਮ ਜ਼ਰੂਰੀ ਹੈ, ਫਿਰਤ ਫਿਰਤ ਬਹੁਤ ਤੇਜ ਉਗਹਾਰਿਓ ਮਾਨਸ ਦੇ ਲਹੀ, ਨਾਨਕ ਕਹਿਤ ਮਿਰਨ ਕੀ ਵਰੀਆ ਸਿਮਰਤ ਕਹਾ ਨਹੀਂ, ਨਹੀਂ ਤਾਂ ਸਤਿਗੁਰ ਜੀ ਵਚਨ ਕਰਦੇ ਸੌ ਉਲਾਂਭੇ ਦਿਨੇ ਕੇ ਰਾਤੀ ਮਿਲਣ ਸੁਹੰਸ, ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਜਾਇਆ ਪੇਟ, ਨਾਨਕ ਸੱਚੇ ਨਾਮ ਮਿਨ ਸਭੇ ਦੁਸ਼ਮਣ ਹੇਤ। ਸਤਿਗੁਰ ਜੀ ਕਹਿੰਦੇ ਜਿਹੜੇ ਮਨੁੱਖਾ ਜਨਮ ਪਾ ਕੇ
परमेश्वर का नाम नहीं जपते। सतगुर सच्चे पातशाह कहिंदे इत्थे वी उहनां नूं लांभे मिलदे ने, फिट अवेहा जीविआ जित खाए वधाया पेट, नानक सच्चे नाम बिन सभे दुश्मन हेत, नाम बिना जो पहरे खाए जो कुकर जूठन मैं पाए। पावे छत्ती पदार्थ खानिया नाम तो बिना नाम नहीं जे जपदे। सतगुर जी कहिंदे इसे तरह खा रहे जिवें बचा होया भोजन आपां कुत्ते नूं सुट दिंदे आ, उह खा जांदा है। इसे तरह नाम बिना जीता विहार जो मृतक मिथ्या मिथ्या शिंगार, जिवें नाम नहीं जे जपदे जिन्ने मर्जी हार शिंगार आपां शरीर ते करदे आ। सतगुर कहिंदे जिवें मरे हुए वरदे नूं हार शिंगार कर दो दा कोई भाव नहीं, इसे तरह यह सतगुर जी कहिंदे भाई भई प्राप्त मानुख देह वरिया गोविंद मिलन की एह तेरी वरिया, मनुखा जन्म तैनू मिलिया सोच ए शरीरा मेरिया, इस जग में आए कह क्या बुद करम कमाया। कि करम कमाया तू शरीरा जान तू जग में आया, जिन हर तेरा रचन रचिया सो हर मन न वसाया, गुर प्रसादी हर मन वसिया पूर्व लिखिया पाया, कहे नानक शरीर प्रवान हुआ जिन सतगुर सोच। सतगुर जी समझाउंदे भाई ये मनुखा जन्म तैनू मेरे मिलाप वास्ते मिलिया, फिरत फिरत बहुते जुगहारियो मानस दे लही, नानक कहत मिलन की वरिया सिमरत कहा नहीं। कद कला बह के सोच मना की खटिया जग मिटे आके सै, के सोच मना की खटिया जग मिटे आके सै, के सोच मना की खटिया सोच मना की खटिया की खटिया जग मिटिया रोज किया कुछ नवी लिखिया तुर संजोग
ਬੜਭਾਗੀ ਮੇਰਾ ਪ੍ਰਭ ਮਿਲੇਤਾ ਉਤਰਾ ਸਭ ਯੋਗ ਨਾਨਕ ਤੂੰ ਪ੍ਰਭ ਰਾਖ ਲੈ ਮੇਰਾ ਸਾਹਿਬੰਦੀ ਮੋਜ ਕਿੰਨਾ ਚਿਰ ਆਪਾਂ ਬੰਦਗੀ ਕਰ ਸਕਦੇ ਹਾਂ ਸਤਿਗੁਰ ਜੀ ਫੈਸਲਾ ਕਰਦੇ ਕਰ ਬੰਦੇ ਤੂੰ ਬੰਦਗੀ ਜੇ ਚਿਰ ਘੱਟ ਮੈਂ ਸਾਹੋ ਜਿੰਨਾ ਚਿਰ ਤੇਰੇ ਅੰਦਰ ਵਿਸ਼ਵਾਸ ਚੱਲਦੇ ਨੇ ਉਹਨਾਂ ਚਿਰ ਉਹਦੀ ਤੂੰ ਬੰਦਗੀ ਕਰ ਸਕਦਾ ਇਸ ਕਰਕੇ ਸਤਿਗੁਰ ਜੀ ਸਾਨੂੰ ਵਾਰ ਵਾਰ ਸਮਝਾਉਂਦੇ ਨੇ ਭਾਈ ਮਨੁੱਖਾ ਜਨਮ ਮਿਲਿਆ ਇਸ ਮਨੁੱਖਾ ਜਨਮ ਦੀ ਕਦਰ ਕਰੋ ਉਸ ਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਜੀ ਨੇ ਆਪਾਂ ਨੂੰ ਇਸ ਸੰਸਾਰ 'ਤੇ ਭੇਜਿਆ ਜੇ ਨਹੀਂ ਨਾਮ ਜਪਦੇ ਫਿਰ ਸਤਿਗੁਰ ਫੈਸਲਾ ਕਰਦੇ ਜੀ ਨੇ ਐਸਾ ਹਰ ਨਾਮ ਨਚੇਤਿਓ ਸਿਕਾਹੇ ਜਗ ਆਏ ਰਾਮ ਰਾਜੇ ਮਾਨਸ ਜਨਮ ਦੁਲੰਬ ਹੈ ਨਾਮ ਬਿਨ ਬਿਰਥਾ ਸਭ ਜਾਏ ਹੁਣ ਮੱਤੇ ਹਰ ਨਾਮ ਨਾ ਬੀਜੇਗੀ ਭੁੱਖਾ ਕਿਆ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਹੁੰਦੇ ਨੇ ਖਵਾਰ ਕਿਨਾ ਰੱਬ ਨੂੰ ਵਸਾਰਿਆ ਖਵਾਰ ਕਿਨਾ ਰੱਬ ਨੂੰ ਵਸਾਰਿਆ ਕਿਨਾ ਰੱਬ ਨੂੰ ਵਸਾਰਿਆ ਮਹਾਂਪੁਰਸ਼ਾਂ ਦੀ ਆਪਾਂ ਯਾਦ ਮਨਾ ਰਹੇ ਹਾਂ ਸ੍ਰੀ ਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ ਸੰਤ ਬਾਬਾ ਨਾਰ ਸਿੰਘ ਜੀ ਅੱਠੇ ਪਹਿਰ ਪਰਮੇਸ਼ਰ ਦਾ ਨਾਮ ਜਪਦੇ ਸੀ ਤਦੇ ਸਤਿਗੁਰ ਫੈਸਲਾ ਕਰਦੇ ਜੀਵਤ ਪੇਖੇ ਜਿਨੀ ਹਰ ਧਿਆਇਆ ਸਾਧ ਸੰਗਤਿ ਨੇ ਦਰਸ਼ਨ ਪਾਇਆ ਆਓ ਉਹਨਾਂ ਮਹਾਂਪੁਰਸ਼ਾਂ ਦੇ ਸੰਗੀ ਇਸ ਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਿਸ਼ਾਬਰ ਸਿੰਘ ਜੀ ਉਹਨਾਂ ਮਹਾਂਪੁਰਸ਼ਾਂ ਦੇ ਸੰਗੀ ਰਹੇ ਨੇ ਭਾਵੇਂ ਕੁਝ ਵੀ ਇਹਨਾਂ ਜੀਵਨ ਵਿੱਚ ਕੀਤਾ ਹੋਵੇ ਫਿਰ ਵੀ ਮਹਾਂਪੁਰਸ਼ਾਂ ਦਾ ਸੰਗ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸਾਧਕ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਹੋ ਤਨਿਹਾਲ ਉਹਨਾਂ ਮਹਾਂਪੁਰਸ਼ਾਂ ਦੇ ਵਚਨ ਤਾਂ ਜੀਵਾਂ 'ਤੇ ਚੱਲਦੇ ਉਹਨਾਂ ਦੀ ਸੰਗਤ ਕਰਕੇ ਫਿਰ ਕਿਉਂ ਨਹੀਂ ਉਹਨਾਂ ਦਾ ਜੀਵਨ ਬਦਲ ਸਕਦਾ ਆਹ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਡਰਾਈਵਰੀ ਕਰਦੇ ਰਹੇ ਨੇ ਮਹਾਂਪੁਰਸ਼ਾਂ ਦੇ ਸੰਗੀ ਸੰਤ ਬਾਬਾ ਬੰਤ ਸਿੰਘ ਜੀ ਖੇੜੀ ਗੋਲੀਆਂ ਵਾਲੇ ਭਾਵੇਂ ਉੱਥੇ ਰਹੇ ਨੇ ਪਰ ਇੱਥੇ ਮਹਾਂਪੁਰਸ਼ਾਂ ਦੇ ਨਾਲ ਉਹਨਾਂ ਨੇ ਸੇਵਾ ਕੀਤੀ ਸਵਾਲ ਮਹਾਂਪੁਰਸ਼ਾਂ ਸਰਵਣ ਕਰੀਏ 3 ਅਗਸਤ ਦੀ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਮਨਾਈ ਜਾ ਰਹੀ ਹੈ ਬਰਸੀ ਆਮ ਇਨਸਾਨ ਦੀ ਹੁੰਦੀ ਹੈ ਮਹਾਂਪੁਰਸ਼ਾਂ ਦੀਆਂ ਯਾਦਾਂ ਹੁੰਦੀਆਂ ਨੇ ਕਿਉਂ ਸਦਾ ਅਮਰ ਨੇ ਉਹ ਜੀਵਤ ਪੇਖੇ ਜਿਹਨੀ ਹਰ ਹਰ ਜਾਇਆ ਉਹ ਸਦਾ ਸੰਸਾਰ ਤੇ ਅਮਰ ਰਹਿੰਦੇ ਨੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਇਆ ਮਹਾਂਪੁਰਸ਼ਾਂ ਨੇ ਉਪਰਾਲਾ ਕੀਤਾ ਇਹ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਵੱਡਿਆਂ ਦੀਆਂ ਯਾਦਾਂ ਨੂੰ ਉਹ ਤਾਜ਼ਾ ਕਰਦੇ ਨੇ ਜਿਹਨਾਂ ਨੂੰ ਆਪਣੇ ਨਾਲ ਪਿਆਰ ਹੁੰਦਾ ਆਓ ਮਹਾਂਪੁਰਸ਼ਾਂ ਦਾ ਮਹਾਂਪੁਰਸ਼ਾਂ ਨਾਲ ਪਿਆਰ ਹੈ ਸੰਤ ਬਾਬਾ ਨਿਸ਼ਾਬਰ ਸਿੰਘ ਜੀ ਦਾ ਤਦੇ ਵਿਅੰਦ ਖੰਡ ਪੜ੍ਹ ਸਾਹਿਬ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੋ ਰਹੇ ਨੇ ਸਤਿਗੁਰ ਜੀ ਇਸੇ ਤਰ੍ਹਾਂ ਕਿਰਪਾ ਕਰਨ ਮਹਾਂਪੁਰਸ਼ਾਂ ਦੇ ਸਿਰ 'ਤੇ ਮੇਰਾ ਬਰੈਤ ਰੱਖਣ ਚੜ੍ਹਦਿਆਂ ਕਲਾਂ ਦਾ ਜੀਵਨ ਕਰਨਾ ਉਪਧਾਰਨਾ ਪੜ੍ਹ ਕੇ ਫਿਰ ਆਪਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਿਸ਼ਾਬਰ ਸਿੰਘ ਜੀ ਜਿਹਨਾਂ ਉੱਤੇ ਸੰਤ ਬਾਬਾ ਨਾਹਰ ਸਿੰਘ ਜੀ ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਉਹ ਆਪ ਜੀ ਨੂੰ ਕੁਝ ਸਮਾਂ ਵਚਨ ਸੁਣਾ ਕੇ ਨਿਹਾਲ ਕਰਨਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫੈਸਲਾ ਕਰਦੇ ਨੇ ਬਿਰਥੀ ਨਾ ਜਾਂਦੀ ਹੈ ਸਾਧੂ ਦੀ ਸੰਗਤ ਕੀਤੀ ਬਿਰਥੀ ਨਾ ਜਾਂਦੀ ਹੈ ਸਾਧੂ ਦੀ ਸੰਗਤ ਕੀਤੀ ਬਿਰਥੀ ਨਾ ਜਾਂਦੀ ਹੈ ਸਾਧੂ ਦੀ ਸੰਗਤ ਕੀਤੀ ਬਿਰਥੀ ਨਾ ਜਾਂਦੀ ਹੈ ਸਾਧੂ ਦੀ ਸੰਗਤ
चार चीजा परोपकारी मनिया गई ने तरवर सरवर संत जन चौथा बदल मेघ यह नहीं देखते दे, यह गरीब है इनू नहीं नेड़े लाना इस तरह सरोवर नहीं देखता दे, प्यास बजावा ना बजावा इस करके आओ उन्हों महापुरशा की संगत जिन्होंने संत बाबा नार सिंह जी संत बाबा मान सिंह रब जी संत बाबा हरचंद सिंह जी महापुरुष संगत कीर्तन प्रवचन सरवण करो सतगुर की बाणी के विचार करदे महापुरुष जीवन बारे विचार करदे एक निव्यंग बोलना सतगुर जी ते संगत ते महापुरुष बख्शन योग ने लाभ ते वाहिगुरु जी का खालसा वाहिगुरु जी की फतेह।